एक ना काम करन लग्या सज्जनो अपने पिंड लोपो दे विच ते मैनू एवें लगदा वी इह काम पिंड लोपो च ही नहीं पूरे पंजाब च होना चाहीदा। असी अपने पिंड दे जेडे योधे इस वक्त फौज दे विच ड्यूटी कर रहे हैं सरहदां ते ओह योधियां दीआं फोटो ला रहे हैं कि सानू सारे पिंड नू इन्हां योधियां ते माण आ। क्योंकि मैं ना एक गल महसूस की है साडे समाज दे विच असी ना जिउंदे फौजियां तां करदे हां भाई टीचरां इह सच आ भाई इह कौड़ा लगूगा पर इह सच आ ज्यौंदे जागदे फौजी नूं तां अहीं करदे टीचरां जदों ओह शहादत प्राप्त कर जांदा उदों फिर असीं बहुत वड्डियां वड्डियां गल्लां करदे हां उदों असीं वड्डियां वड्डियां पोस्टां पाउंदे हां वीडियो बना बना के पाउंदे हां। पर मैं एक गल तुहानूं कह दिंदा शायद इह किसे नूं लगे कि कौड़ी आ पर मौत नालों मौत दा डर वड्डा हुंदा मर के वापस आउण नालों मरन वास्ते जाना औखा हुंदा इह बहुत औखा काम हुंदा कोई किसे दी जिंदगी दी कीमत नहीं दे सकदा। बड़े लोग एक मैनूं बेवकूफ बंदा आपदी जिंदगी दे 6-7 साल पहलां मिलिया सी उन्हें एक गल बेवकूफी आखी सी ते जो मैनूं रड़कदी सी ओह इह सी कि ना फौजियां नूं तनखाह मिलदी आ। मैं कहना यार कोई बंदा ना बैंक चो आपदी जिंदगी भर की कमाई कढ़ा के तुरिया आउंदा होवे 6-7-10-20 लाख रुपया उहदे कोले होवे ते कोई कन्न नूं पिस्तौल ला ले उहदे ते मेरे वर्गा झट फड़ा आंदा जे पैसा वड्डा हुंदा जिंदगी नालों ते फिर कदों फड़ा आंदा बई ते जे कोई ना भी फड़ावे मर जाए तां फिर मगरों अफसोस करन वाले इही कहिंदे हुंदे यार पैसे फड़ा आंदा पैसे तां फिर बण जांदे जिंदगी थोड़ों मिलदी आ ਇਹ ਬਾਈ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਇਹ ਕਿਸੇ ਪੈਸੇ ਪੂਸੇ ਨਾਲ ਨਹੀਂ ਮਿਲਦੀ ਇਹਦੀ ਇਹਦਾ ਕੋਈ ਪੈਸਾ ਇਹਦਾ ਕੋਈ ਮੁੱਲ ਨਹੀਂ ਤਾਰ ਸਕਦਾ ਇਹ ਬਹੁਤ ਵੱਡੀ ਹੁੰਦੀ ਆ ਤੇ ਗੱਲਾਂ ਹੋਰ ਵੀ ਆ ਬਹੁਤ ਪਰ ਮੈਂ ਮੈਨੂੰ ਐਵੇਂ ਮਹਿਸੂਸ ਹੁੰਦਾ ਜੋ ਪਿਛਲੇ ਦਿਨਾਂ ਦੇ ਵਿੱਚ ਫੌਜੀਆਂ ਦਾ ਮਾਹੌਲ ਬਣਿਆ ਸਾਡਾ ਚੀਨ ਨਾਲ ਕਦੇ ਮਾਹੌਲ ਮਾੜਾ ਬਣ ਜਾਂਦਾ ਕਦੇ ਪਾਕਿਸਤਾਨ ਨਾਲ ਮਾੜਾ ਬਣ ਜਾਂਦਾ ਕਿਸੇ ਹੋਰ ਬਾਰਡਰ ਤੇ ਮਾੜਾ ਬਣ ਜਾਂਦਾ ਤੇ ਉੱਥੇ ਜਾ ਕੇ ਫਿਰ ਇੱਕ ਦਿਲ ਨੂੰ ਯਾਰ ਐਵੇਂ ਲੱਗਿਆ ਕਿ ਯਾਰ ਸਾਡੇ ਬੱਚੇ ਜਾਂ ਸਾਡੇ ਜਵਾਨ ਸਾਡੇ ਭੈਣ ਭਾਈ ਆ ਜਿਹੜੇ ਸਰਹੱਦਾਂ ਤੇ ਆ ਤੇ ਯਾਰ ਆਪਾਂ ਹੋਰ ਕੁਛ ਨਹੀਂ ਕਰ ਸਕਦੇ ਉਹਨਾਂ ਲਈ ਆਪਾਂ ਯਾਰ ਉਹਨਾਂ ਨੂੰ ਸਲੂਟ ਤਾਂ ਮਾਰ ਸਕਦੇ ਹਾਂ ਯਾਰ ਵੀ ਤੁਸੀਂ ਸਾਡੇ ਪਿੰਡ ਦੇ ਯੋਧੇ ਆ ਜਿਨ੍ਹਾਂ ਦੇ ਸਿਰ ਤੇ ਅਸੀਂ ਘਰੇ ਸੌਂਦੇ ਹਾਂ ਇਸ ਕਰਕੇ ਜਿਹੜੇ ਸਾਡੇ ਪਿੰਡ ਦੇ ਮੌਜੂਦਾ ਇਸ ਵਕਤ ਡਿਊਟੀ ਕਰਦੇ ਆ ਨਾ ਫੌਜ ਦੇ ਵਿੱਚ ਜਿਹੜੇ ਬੰਦੇ ਸਰਹੱਦਾਂ ਤੇ ਅੱਜ ਬੈਠੇ ਆ ਆਪਦਾ ਪਰਿਵਾਰ ਛੱਡ ਕੇ ਉਹਨਾਂ ਸਾਰਿਆਂ ਨੂੰ ਸਾਡੇ ਸਾਰੇ ਪਿੰਡ ਵੱਲੋਂ ਅਸੀਂ ਸਾਰੇ ਸੱਜਣਾਂ ਨੇ ਸਲਾਹ ਕੀਤੀ ਤੇ ਉਹਨਾਂ ਦੇ ਸਾਰਿਆਂ ਦੇ ਫੋਟੋ ਲਾ ਕੇ ਤੇ ਉਹਨਾਂ ਦਾ ਅਸੀਂ ਪਿੰਡ ਦੇ ਵਿੱਚ ਫਲੈਕਸ ਲਾਉਣੇ ਆ। ਮੈਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਜੇ ਤੁਹਾਨੂੰ ਲੱਗੇ ਯਾਰ ਵੀ ਕੰਮ ਕੁਛ ਵੀ ਨਹੀਂ ਯਾਰ ਪੈਸਾ ਕੋਈ ਚੀਜ਼ ਨਹੀਂ ਹੁੰਦੀ ਯਾਰ ਮੈਨੂੰ ਪਤਾ ਵੀ ਸਾਡਾ 2000 ਰੁਪਈਆ ਲੱਗਣਾ ਨੀਗਾ ਜੇ 2 ਲੱਖ ਵੀ ਜਾਊਗਾ ਤਾਂ ਕਿੱਡੀ ਗੱਲ ਆ ਯਾਰ ਕਿਸੇ ਬੰਦੇ ਨੂੰ ਹੌਸਲਾ ਹੋ ਜਾਂਦਾ ਮਾਂ ਪਿਓ ਨੂੰ ਹੌਸਲਾ ਹੋ ਜਾਂਦਾ ਕਿ ਯਾਰ ਸਾਡੇ ਬੱਚਿਆਂ ਦਾ ਕੋਈ ਕਦਰਦਾਨ ਹੈਗਾ। ਮੈਂ ਤਾਂ ਇਹ ਚਾਹੁੰਦਾ ਵੀ ਇਹ ਸਾਰੇ ਪੰਜਾਬ 'ਚ ਯਾਰ ਪਿੰਡ ਪਿੰਡ ਇਹ ਕੰਮ ਹੋ ਜੇ ਵੀ ਘੱਟੋ ਘੱਟ ਸਾਨੂੰ ਸਾਡੇ ਸੁਰਾਖੀ ਕਰਨ ਵਾਲੇ ਬੰਦਿਆਂ ਨੂੰ ਹੌਸਲਾ ਹੋ ਜੇ ਤੇ ਅਸੀਂ ਇਹ ਕੰਮ ਕਰਨ ਲੱਗੇ ਹਾਂ। ਤੇ ਇੱਕ ਮੈਂ ਆਪਦੇ ਪਿੰਡ ਦੇ ਜਿੱਥੇ ਆਪਦੇ ਯੋਧਿਆਂ ਨੂੰ ਸਲਾਮ ਕਰਦਾ ਸਲੂਟ ਕਰਦਾ ਉੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਸੱਜਣੋ ਜੇ ਕਿਸੇ ਬੰਦੇ ਦਾ ਕਿਸੇ ਭੈਣ ਭਾਈ ਦਾ ਫੋਟੋ ਰਹਿ ਗਿਆ ਹੋਵੇ ਕਿਉਂਕਿ ਇਹ ਫੋਟੋ ਅਸੀਂ ਆਪਣੇ ਤੌਰ ਤੇ ਇਕੱਠੇ ਕੀਤੇ ਆ ਆਪਣੀ ਜਾਣਕਾਰੀ ਨਾਲ ਇਕੱਠੇ ਕੀਤੇ ਆ ਤਾਂ ਉਹ ਬਾਈ ਗੁੱਸਾ ਨਾ ਕਰਿਓ ਬਾਈ ਗੁਰਤੇਜ ਭੇਜੇ ਦਾ ਨੰਬਰ ਦਿੱਤਾ ਹੋਇਆ ਉਹ ਤੇ ਫੋਨ ਕਰਕੇ ਕਹਿ ਦਿਓ ਆਪਣਾ ਕੁਛ ਨਹੀਂ ਵਿਗੜਦਾ ਆਪਾਂ ਫਲੈਕਸਾਂ ਹੋਰ ਛਪਾ ਲਾਂਗੇ ਤੇ ਉਹ ਬੰਦੇ ਦੀ ਫੋਟੋ ਵੀ ਲਾ ਦਿਆਂਗੇ ਠੀਕ ਹੈ ਕਿ ਨਹੀਂ। ਤੇ ਬਾਕੀ ਲਾਸਟ ਦੇ ਵਿੱਚ ਮੈਂ ਫੇਰ ਕਹਿੰਦਾ ਕਿ ਜੇ ਤੁਹਾਨੂੰ ਯਾਰ ਐਵੇਂ ਲੱਗੇ ਕਿ ਯਾਰ ਵੀ ਬੰਦਿਆਂ ਨੇ ਕੰਮ ਜੋ ਵੀ ਕੀਤਾ ਇਹ ਰਿਸਪੈਕਟ ਵਾਲਾ ਕੀਤਾ ਫੌਜੀਆਂ ਦੀ ਰਿਸਪੈਕਟ ਵਾਲਾ ਕੀਤਾ ਤਾਂ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਜੋ ਪੰਜਾਬ ਦੇ ਹੋਰ ਲੋਕ ਵੀ ਆਪਣੇ ਪਿੰਡ ਦੇ ਬਾਲ ਬੱਚਿਆਂ ਦੀ ਇੱਜ਼ਤ ਮਾਣ ਵਧਾਉਣ। ਜਿਉਂਦੇ ਵਸਦੇ ਰਹੋ। ਧੰਨਵਾਦ।